ਤੁਹਾਡੀ ਦੋਸਤ ਮਨਪ੍ਰੀਤ ਤੁਸੀਂ ਵੇਖ ਰਹੇ ਹੋ ਯੈਸ਼ ਟੀਵੀ ਤੇ ਯੈਸ਼ ਟੀਵੀ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਨੀ ਆ ਤੇ ਅੱਜ ਜਿਹੜੇ ਸਿੰਗਰ ਦੀ ਬਾਇਓਗ੍ਰਾਫੀ ਮੈਂ ਲੈ ਕੇ ਆਈ ਉਹਨਾਂ ਦਾ ਨਾਮ ਹੈਗਾ ਜੀ ਜੈਸਮੀ ਸੈਂਡਲਸ ਤੇ ਆਓ ਜੀ ਫਿਰ ਉਹਨਾਂ ਬਾਰੇ ਆਪਾਂ ਜਾਣਨੇ ਹਾਂ ਕਿਵੇਂ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਜੀ ਇਹਨਾਂ ਦਾ ਜਨਮ ਹੋਇਆ ਸੀ ਜਲੰਧਰ ਪੰਜਾਬ ਦੇ ਵਿੱਚ ਤੇ ਜੀ ਮੈਂ ਤੁਹਾਨੂੰ ਦੱਸ ਦਵਾਂ ਜਦੋਂ 13 ਸਾਲ ਦੇ ਸੀ ਤਾਂ ਜੀ ਇਹਨਾਂ ਦਾ ਸਾਰਾ ਪਰਿਵਾਰ ਪੰਜਾਬ ਨੂੰ ਛੱਡ ਕੇ ਕੈਲੀਫੋਰਨੀਆ ਜੋ ਕਿ ਅਮਰੀਕਾ ਦੇ ਵਿੱਚ ਹੈਗਾ ਵੇ ਉੱਥੇ ਜਾ ਵਸਿਆ ਤੇ ਜੀ ਉਸ ਤੋਂ ਬਾਅਦ ਕੀ ਹੋਇਆ ਉਹ ਮੈਂ ਤੁਹਾਨੂੰ ਦੱਸਣੀ ਆ ਜੀ ਔਰ ਜੇਕਰ ਇਹਨਾਂ ਦੇ ਮਾਤਾ ਪਿਤਾ ਦੀ ਗੱਲ ਕਰੀਏ ਤੇ ਇਹਨਾਂ ਦੇ ਮਾਤਾ ਪਿਤਾ ਤੇ ਨਾਲ ਇੱਕ ਭੈਣ ਤੇ ਭਰਾ ਹਨ ਤੇ ਜੀ ਹੁਣ ਮੈਂ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਗੱਲ ਦੱਸ ਦਵਾਂ ਉਹ ਕੀ ਹੈ ਜੀ ਦਾਸ ਜੀ ਨੇ 16 ਸਾਲ ਦੀ ਉਮਰ ਤੋਂ ਹੀ ਜੀ ਇਹਨਾਂ ਨੇ ਗਾਣੇ ਲਿਖਣੇ ਸ਼ੁਰੂ ਕਰ ਦਿੱਤੇ ਸੀ ਤੇ ਜੀ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਾਂ ਇਹਨਾਂ ਨੂੰ ਗਾਣੇ ਦਾ ਸ਼ੌਂਕ ਨਾ ਬਚਪਨ ਤੋਂ ਹੀ ਸੀ ਜਦੋਂ ਇਹ ਪੜ੍ਹਾਈ ਕਰਦੇ ਸੀ ਛੋਟੀ ਉਮਰ ਦੇ ਵਿੱਚ ਸੀ ਤਾਂ ਹੀ ਜੀ ਇਹਨਾਂ ਨੇ ਜੋ ਵਧੀਆ ਵਧੀਆ ਸਿੰਗਰ ਦੇ ਗਾਣੇ ਇਹਨਾਂ ਨੇ ਗਾਏ ਉਹਨੂੰ ਸੁਣ ਕੇ ਸਾਰੇ ਸੋਚਦੇ ਹੀ ਸੀ ਕਿ ਇਹ ਵੱਡੇ ਹੋ ਕੇ ਜ਼ਰੂਰ ਸਿੰਗਰ ਬਣਨਗੇ ਕਿਉਂਕਿ ਇਹਨਾਂ ਦੀ ਆਵਾਜ਼ ਦੇ ਵਿੱਚ ਜੋ ਜਾਦੂ ਸੀ ਨਾ ਉਹ ਸਭ ਨੂੰ ਮੋਹ ਲੈਂਦਾ ਸੀ ਤੇ ਹੋਰ ਮੈਂ ਗੱਲ ਦੱਸਾਂ ਜੀ ਤੁਹਾਨੂੰ ਜਦੋਂ ਇਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਲਿਖਣਾ ਸ਼ੁਰੂ ਕਰ ਦਿੱਤਾ ਤਾਂ ਇਹਨਾਂ ਨੇ ਗਾਣਾ ਲਿਖਿਆ ਜਿਹਦੇ ਬੋਲ ਸੀ ਅੱਧੀ ਰਾਤ ਦੇ ਜੀ ਉਹ ਗਾਣਾ ਇਹਨਾਂ ਦੀ ਦੂਜੀ ਐਲਬਮ ਦੇ ਵਿੱਚ ਆਇਆ ਤੇ ਇੱਕ ਹੋਰ ਮੈਂ ਤੁਹਾਨੂੰ ਖਾਸ ਗੱਲ ਦੱਸਾਂ ਇਹਨਾਂ ਬਾਰੇ ਇਹਨਾਂ ਨੇ ਬਾਲੀਵੁੱਡ ਦੇ ਵਿੱਚ ਆਪਣੀ ਐਂਟਰੀ ਕਿਵੇਂ ਕੀਤੀ ਦੱਸਣੀ ਆ ਜੀ ਇਹਨਾਂ ਨੇ ਬਾਲੀਵੁੱਡ ਦੇ ਵਿੱਚ ਆਪਣੀ ਐਂਟਰੀ ਕੀਤੀ ਜੀ ਕਿੱਕ ਫਿਲਮ ਤੁਸੀਂ ਸਾਰਿਆਂ ਨੇ ਵੇਖੀ ਹੋਣੀ ਜਿਹਦੇ ਵਿੱਚ ਗਾਣਾ ਆਇਆ ਸੀ ਯਾਰ ਨਾ ਮਿਲੇ ਤੇ ਇਹ ਗਾਇਆ ਸੀ ਜੀ ਜੈਸਮੀਨ ਤੇਰੇ ਨਾਲ ਹੈਗੇ ਸੀ ਜੀ ਯੋ ਯੋ ਹਨੀ ਸਿੰਘ ਜੋ ਕਿ ਸਭ ਦੇ ਸੁਪਰ ਸਟਾਰ ਹੈਗੇ ਨੇ ਤੇ ਇਹ ਗਾਣੇ ਦੇ ਨਾਲ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਤਰੱਕੀ ਹਾਸਿਲ ਹੋਈ ਤੇ ਨਾਲ ਹੀ ਨਾਲ ਜੀ ਇੱਕ ਹੋਰ ਮੈਂ ਖਾਸ ਗੱਲ ਦੱਸਾਂ ਤੁਹਾਨੂੰ ਇਹਨਾਂ ਬਾਰੇ ਇਹਨਾਂ ਨੂੰ ਹੋਰ ਵੀ ਬਹੁਤ ਸਾਰੇ ਅਵਾਰਡ ਮਿਲੇ ਜੇਕਰ ਇਹਨਾਂ ਦੀ ਹੋਬੀਜ਼ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਗਾਉਣ ਦਾ ਤੇ ਸ਼ੌਂਕ ਹੈ ਹੀ ਨਾਲ ਹੀ ਨਾਲ ਜੀ ਘੁੰਮਣ ਫਿਰਨ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਔਰ ਜੇ ਐਕਟਰ ਜੀ ਇਹਨਾਂ ਨੂੰ ਕਿਹੜੇ ਪਸੰਦ ਨੇ ਇਹਨਾਂ ਨੂੰ ਸਲਮਾਨ ਖਾਨ ਜੀ ਬਹੁਤ ਜ਼ਿਆਦਾ ਪਸੰਦ ਨੇ ਤੇ ਨਾਲ ਹੀ ਨਾਲ ਜੀ ਹੁਣ ਮੈਂ ਤੁਹਾਨੂੰ ਦੱਸਾਂ ਸਿੰਗਰਸ ਇਹਨਾਂ ਨੂੰ ਕਿਹੜੇ ਪਸੰਦ ਨੇ ਇਹਨਾਂ ਨੂੰ ਅਰਿਜੀਤ ਸਿੰਘ ਤੇ ਜੀ ਬੱਬੂ ਮਾਨ ਦੇ ਗਾਣੇ ਬਹੁਤ ਹੀ ਜ਼ਿਆਦਾ ਪਸੰਦ ਨੇ ਇਹਨਾਂ ਦਾ ਫੇਵਰੇਟ ਕਲਰ ਕਿਹੜਾ ਹੈਗਾ ਉਹ ਮੈਂ ਤੁਹਾਨੂੰ ਦੱਸਣੀ ਹੈ ਜੀ ਇਹਨਾਂ ਦਾ ਫੇਵਰੇਟ ਕਲਰ ਹੈਗਾ ਵੇ ਲਾਲ ਵੈਸੇ ਲਾਲ ਤੇ ਨੋਰਮਲੀ ਜੀ ਸਾਰਿਆਂ ਦਾ ਹੀ ਫੇਵਰੇਟ ਕਲਰ ਹੁੰਦਾ ਵੇ ਹੋਰ ਜੀ ਇਹਨਾਂ ਨੇ ਇੱਕ ਤੋਂ ਵੱਧ ਗਾਣੇ ਗਾਏ ਜੋ ਕਿ ਸਭ ਦੇ ਦਿਲਾਂ ਨੂੰ ਛੂ ਗਏ ਉਹ ਗਾਣਾ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਜੀ ਪੱਟ ਲੈ ਗਿਆ ਜੱਟੀ ਨੂੰ ਉਹ ਬਹੁਤ ਹੀ ਜ਼ਿਆਦਾ ਸੁਪਰ ਡੂਪਰ ਹਿੱਟ ਹੋਇਆ ਸੀ ਇਹਨਾਂ ਦਾ ਗਾਣਾ ਜਿਹਦੇ ਨਾਲ ਇਹ ਹੋਰ ਵੀ ਉਚਾਈਆਂ ਨੂੰ ਛੂਣ ਲੱਗ ਗਏ ਇਹਨਾਂ ਦੇ ਹੋਰ ਵੀ ਗਾਣੇ ਨੇ ਜਿਵੇਂ ਸਿਪ ਸਿਪ ਪੰਜਾਬੀ ਮੁਟਿਆਰਾਂ ਰਾਤ ਜਸ਼ਨ ਦੀ ਹੋਰ ਵੀ ਇਹਨਾਂ ਦੇ ਬਹੁਤ ਸਾਰੇ ਗਾਣੇ ਨੇ ਜੋ ਸਾਰਿਆਂ ਦੇ ਦਿਲਾਂ ਨੂੰ ਛੂ ਗਏ ਇਹਨਾਂ ਦੀ ਆਵਾਜ਼ ਤੇ ਸੁਰੀਲੀ ਹੈ ਹੀ ਹੈ ਉਸ ਆਵਾਜ਼ ਨੇ ਸਭ ਦੇ ਦਿਲਾਂ ਨੂੰ ਐਵੇਂ ਮੋਹ ਲਿਆ ਕਿ ਸਭ ਇਹਨਾਂ ਦੇ دیਵਾਨੇ ਹੋ ਗਏ ਤੇ ਜੀ ਹੁਣ ਜੈਸਮੀਨ ਸੈਂਡਲਸ ਦੀ ਆਪਾਂ ਗੱਲ ਕੀਤੀ ਹੋਰ ਵੀ ਜੇਕਰ ਤੁਸੀਂ ਕਿਸੇ ਵੀ ਸਿੰਗਰਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਜੀ ਜਾਣ ਸਕਦੇ ਹੋ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਉਹਨਾਂ ਸਿੰਗਰਸ ਦਾ ਨਾਮ ਸਾਨੂੰ ਦੱਸੋ ਆਪਾਂ ਜ਼ਰੂਰ ਉਹਨਾਂ ਬਾਰੇ ਤੁਹਾਨੂੰ ਦੱਸਾਂਗੇ ਹੁਣ ਜੀ ਮੈਂ ਚੱਲਣੀ ਆ ਜੀ ਤੁਸੀਂ ਰੱਖਿਓ ਆਪਣਾ ਖਿਆਲ ਵੇਖਦੇ ਰਹੋ ਯੈਸ਼ ਟੀਵੀ ਸਤਿ ਸ਼੍ਰੀ ਅਕਾਲ